ਬਾਦਲ ਪਰਿਵਾਰ ਜਿਹੜਾ ਨਾਗਵਾਲ ਪਾ ਕੇ ਬੈਠਾ, ਅਜਗਰ ਸੱਪ ਦੀ ਤਰ੍ਹਾਂ ਵੱਡੇ ਵੱਡੇ ਸਾਡੇ ਲੀਡਰ ਖਾ ਗਿਆ, ਸਾਹ ਘੁੱਟ ਕੇ ਮਾਰਤੇ ਉਹਨੇ ਅਤੇ ਇੱਕ ਪਰਿਵਾਰ ਨੂੰ ਅੱਗੇ ਲੈ ਜਾਂਦਾ। ਹੁਣ ਸੁੱਖ ਲੈ ਰਿਹਾ ਉਹ ਤੁਹਾਡੇ ਸਾਹਮਣੇ ਆ, ਪਰ ਕੌਮ ਦਾ ਬੇੜਾ ਗਰਕ ਕਰ। 5 ਕਰੋੜ 'ਤੇ ਇੱਕ ਦਿਨ ਦਾ ਬਣ ਜਾਂਦਾ 2 ਗੁਰਦੁਆਰਿਆਂ ਦਾ। ਇਹ ਦਸਵੰਧ ਲੈ ਕੇ ਜਾਂਦੇ, ਇਹ ਕਿੱਥੇ ਜਾਂਦਾ 401 ਗੁਰਦੁਆਰੇ ਦਾ? ਅਕਾਲੀ ਦਲ ਨੂੰ ਕਮਾਂਡ ਦਿੱਤੀ, ਉਹ ਕਮੇਟੀ ਵੀ ਖਾ ਗਿਆ ਅਤੇ ਅਕਾਲ ਤਖ਼ਤ ਵੀ ਖਾ ਗਿਆ। ਅਤੇ ਉੱਧਰ ਪਰਿਵਾਰ ਰਹਿ ਜਾਣਾ ਇਕੱਲਾ, ਉੱਧਰ ਪੁੱਤਰ ਧੀਆਂ ਰਹਿ ਜਾਣੇ ਆ, ਪੰਥ ਇੱਧਰ ਹੀ ਆਊਗਾ। ਬਾਦਲ ਪਰਿਵਾਰ, ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਅਕਾਲੀ ਦਲ ਨੂੰ ਅਜਗਰ ਸੱਪ ਦੀ ਤਰ੍ਹਾਂ ਨਾਗਵਲ ਪਾਈ ਬੈਠਾ ਹੈ ਅਤੇ ਹੌਲੀ ਹੌਲੀ ਇੱਕ ਪਰਿਵਾਰ ਨੂੰ ਅੱਗੇ ਲਿਆ ਕੇ ਬਾਕੀ ਦੇ ਟਕਸਾਲੀ ਲੀਡਰਾਂ ਨੂੰ ਖਾ ਗਿਆ। ਜੀ ਹਾਂ, ਇਹ ਕਹਿਣਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ। ਭਾਈ ਰਣਜੀਤ ਸਿੰਘ ਮੁਤਾਬਕ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਾਂਡ ਦਿੱਤੀ ਸੀ, ਪਰ ਬਾਦਲ ਪਰਿਵਾਰ, ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਣੇ ਅਕਾਲੀ ਦਲ ਨੂੰ ਵੀ ਖਾ ਗਿਆ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਧਾਰਮਿਕ ਅਦਾਰਿਆਂ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਲੋਕਾਂ ਨੂੰ ਪੰਥਕ ਅਕਾਲੀ ਲਹਿਰ ਨਾਲ ਜੁੜਨ ਦੀ ਲੋੜ ਹੈ। ਬਾਦਲ ਪਰਿਵਾਰ ਜਿਹੜਾ ਨਾਗਵਾਲ ਪਾ ਕੇ ਬੈਠਾ, ਅਜਗਰ ਸੱਪ ਦੀ ਤਰ੍ਹਾਂ ਵੱਡੇ ਵੱਡੇ ਸਾਡੇ ਲੀਡਰ ਖਾ ਗਿਆ, ਸਾਹ ਘੁੱਟ ਕੇ ਮਾਰਤੇ ਉਹਨੇ ਅਤੇ ਇੱਕ ਪਰਿਵਾਰ ਨੂੰ ਅੱਗੇ ਲੈ ਜਾਂਦਾ। ਮੈਂ ਮਾਝੇ ਦੇ ਗਣਾਂ ਅਤੇ ਲਾਲਪੁਰਾ ਉਬੋ ਕੇ ਸੁਖਜਿੰਦਰ ਸਿੰਘ ਜੀ, ਦੁਆਬੇ ਦੇ ਕੁਲਦੀਪ ਸਿੰਘ ਵਡਾਲਾ, ਟੌੜਾ, ਤਲਵੰਡੀ, ਬਰਨਾਲਾ, ਤੋਂ ਇਹਨਾਂ ਨੂੰ ਮਾਰ ਕੇ ਅਤੇ ਲਿਆਂਦਾ ਸਾਲਾ ਪੁੱਤਰ ਦਾ, ਲਿਆਂਦਾ ਜਵਾਈ, ਤੋਂ ਇਹ ਭਰਾ ਭਤੀਜੇ, ਇਹ ਪਰਿਵਾਰ ਪਾਲ ਕੇ ਅਤੇ ਜਿਹੜਾ ਹੁਣ ਸੁੱਖ ਲੈ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ, ਪਰ ਕੌਮ ਦਾ ਬੇੜਾ ਗਰਕ ਕਰ ਗਿਆ। ਕੁਦਰਤੀ ਆ, ਉਹ ਕੁਦਰਤੀ ਆ, ਉਹ ਕੁਦਰਤੀ, ਉੱਧਰ ਪਰਿਵਾਰ ਰਹਿ ਜਾਣਾ ਇਕੱਲਾ, ਉੱਧਰ ਪੁੱਤਰ ਧੀਆਂ ਰਹਿ ਜਾਣੇ ਆ, ਪੰਥ ਇੱਧਰ ਹੀ ਆਊਗਾ। ਮੈਂ ਸਮਰਥਨ, ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਸਾਰੇ ਜਿੰਨੇ ਵੀ ਦਲ ਹੈਗੇ ਆ ਨਾ, ਉਹ ਮਿਲ ਕੇ ਅਤੇ ਗੁਰੂ ਦੇ ਸਿੱਖ ਬਣ ਕੇ ਅਤੇ ਆਪਾਂ ਕਮੇਟੀ ਲੈ ਲਈਏ, ਅਤੇ ਜਿਹੜੀ ਧਾਰਮਿਕ ਸੇਵਾ ਉਹ ਸਾਨੂੰ ਦੇ ਦਿਓ, ਤੁਸੀਂ ਰਾਜਨੀਤੀ ਆਪਣੀ ਕਰਦੇ ਰਹੋ ਜੀ। ਸਮਰਥਨ ਅਸੀਂ ਤਾਂ ਮੰਨੇ ਬੈਠੇ, ਸਾਡੀਆਂ 3 ਸੰਸਥਾਵਾਂ ਨੇ, ਅਕਾਲ ਤਖ਼ਤ, ਅਕਾਲੀ ਦਲ ਅਤੇ ਕਮੇਟੀ। ਉਹ ਅਕਾਲੀ ਦਲ ਨੂੰ ਕਮਾਂਡ ਦਿੱਤੀ ਸੀ, ਉਹ ਕਮੇਟੀ ਵੀ ਖਾ ਗਿਆ ਅਤੇ ਅਕਾਲ ਤਖ਼ਤ ਵੀ ਖਾ ਗਿਆ। ਹੁਣ ਤਾਂ ਸਾਡੇ ਸਾਹਮਣੇ ਇੱਕੋ ਹੀ ਮਸਲਾ ਵੀ ਅਸੀਂ ਆਪਣੇ ਸਿਧਾਂਤ ਕਿਵੇਂ ਬਚਾਉਣੇ, ਰਾਜਨੀਤੀ ਸਾਡਾ ਕੋਈ ਇੰਟਰਸਟ ਹੁੰਦਾ ਤਾਂ। ਅਸਲ ਵਿੱਚ ਭਾਈ ਰਣਜੀਤ ਸਿੰਘ ਧਾਰਮਿਕ ਅਦਾਰਿਆਂ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿੱਚ ਕਰਵਾਈ ਗਈ ਕਾਨਫਰੰਸ 'ਚ ਹਿੱਸਾ ਲੈਣ ਪੁੱਜੇ ਸੀ। ਇਸ ਮੌਕੇ 'ਤੇ ਬੋਲਦੇ ਹੋਏ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਬਾਦਲਾਂ ਵੱਲੋਂ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ, ਜਦਕਿ ਕੌਮ ਦਿਨੋ ਦਿਨ ਨਿਗਾਰ ਵੱਲ ਨੂੰ ਜਾ ਰਹੀ ਹੈ। ਭਾਵੇਂ ਮਨਿਸਟਰ ਆ, ਉਹ ਖਾਧੀ ਕਿਉਂ ਰੱਖਿਆ, ਰਹਿਣੀ ਨਹੀਂ ਕੁਛ ਦਿੱਤਾ। ਗੋਲਕ ਜਿਹੜੀ ਆ ਇਹ ਤਕਰੀਬਨ ਮੈਨੂੰ ਲੱਗਦਾ ਜਦੋਂ ਤੁਸੀਂ ਇਮਾਨਦਾਰੀ ਨਾਲ ਗਿਣੋਗੇ ਤੋਂ ਡਬਲ ਨਿਕਲੂਗੀ ਜਿੰਨੀ ਅੱਜ ਗਿਣਦੇ ਪਏ। ਤੋ ਗੋਲਕ ਜਿਹੜੀ ਆ ਗਿੰਨੀ ਬੁੱਕ ਦੇ ਵਿੱਚ ਹੀ 1 ਲੱਖ ਬੰਦਾ ਜਿਹੜਾ ਮੱਥਾ ਟੇਕਦਾ, ਕਈ ਸਾਲ ਪਹਿਲਾਂ ਦਾ ਲਿਖਿਆ, ਅਤੇ ਆ ਛੁੱਟੀਆਂ 'ਚ 2 ਲੱਖ ਦੀ ਆਮਦ ਆ, ਅਤੇ ਇਹ 1.25 ਕਰੋੜ ਦੀ ਰੋਜ਼ ਦੀ ਗੋਲਕ ਹਰਿਮੰਦਰ ਸਾਹਿਬ ਦੀ ਆ, ਅਤੇ ਹਰਿਮੰਦਰ ਸਾਹਿਬ 'ਚ 1 ਨਹੀਂ 3 ਗੋਲਕਾਂ ਦੇ ਅੰਦਰ ਆ, ਅਤੇ 20 ਗੋਲਕਾਂ ਇਹਦੇ ਕੰਪਲੈਕਸ ਦੇ ਵਿੱਚ ਨੇ, ਹੋਰ ਨੇ ਇਹ 20 ਗੋਲਕਾਂ ਜਿਹੜੀਆਂ ਰੋਜ਼ ਦੀਆਂ, ਰੋਜ਼ ਲੋਕ ਮੱਥਾ ਟੇਕਦੇ ਜਿੱਥੇ ਉੱਥੇ ਪਈਆਂ ਨੇ, ਅਤੇ ਇਹ 1.25 ਕਰੋੜ ਘੱਟੋ ਘੱਟ ਮੈਂ ਦੱਸਿਆ ਰੋਜ਼ ਦਾ, 1.25 ਕਰੋੜ ਤੋਂ ਜ਼ਿਆਦਾ ਪ੍ਰਸ਼ਾਦ ਦੀ ਇਨਕਮ ਆ। ਬਾਬਾ ਦੀਪ ਸਿੰਘ ਜੀ ਦੀ ਵੀ ਇੰਨੀ ਆ, ਉਹ ਸ਼ਹੀਦ ਗੰਜ ਦੀ ਵੀ ਅਤੇ ਪ੍ਰਸ਼ਾਦ ਦੀ ਵੀ, ਤੋਂ 2.5 ਕਰੋੜ 2.5 ਕਰੋੜ 5 ਕਰੋੜ 'ਤੇ ਇੱਕ ਦਿਨ ਦਾ ਬਣ ਜਾਂਦਾ 2 ਗੁਰਦੁਆਰਿਆਂ ਦਾ, ਅਤੇ 78 ਗੁਰਦੁਆਰੇ ਹੋਰ ਨੇ ਜਿਹੜੇ ਸਿੱਧੇ ਹੀ ਪ੍ਰਬੰਧਕ ਕਮੇਟੀ ਦੇ ਅੰਡਰ ਆਉਂਦੇ ਨੇ।
ਤੋਂ 78 ਗੁਰਦੁਆਰਿਆਂ ਤੋਂ 401 ਗੁਰਦੁਆਰਾ ਉਹ ਆ ਜਿਹੜਾ ਇਸ ਤਰ੍ਹਾਂ ਇਤਿਹਾਸਕ ਆ, ਪਰ ਲੋਕਲ ਕਮੇਟੀਆਂ ਨੇ, ਪਰ ਇੱਥੋਂ ਦੀ ਗੋਰਖ ਜਿਹੜੀ ਉਹ ਪ੍ਰਬੰਧਕ ਕਮੇਟੀ ਦਾ ਇੰਸਪੈਕਟਰ ਖੋਲ੍ਹਦਾ। ਇਹ ਦਸਵੰਧ ਲੈ ਕੇ ਜਾਂਦੇ, ਇਹ ਕਿੱਥੇ ਜਾਂਦਾ 401 ਗੁਰਦੁਆਰੇ ਦਾ? 20,000 ਏਕੜ ਜ਼ਮੀਨਾਂ ਦੀ ਆਮਦਨ ਕਿੱਥੇ ਜਾਂਦੀ ਆ? ਮਾਰਕੀਟਾਂ ਦੇ ਕਿਰਾਏ ਕਿੱਥੇ ਜਾਂਦੇ ਨੇ? ਜਿਹੜੀ ਡੋਨੇਸ਼ਨ ਆਉਂਦੀ ਉਹ ਕਿੱਥੇ ਜਾਂਦੀ ਆ? ਅਤੇ ਫਿਰ ਇਹ ਕਹਿੰਦੇ ਆ ਸਾਡਾ ਬਚਿਆ ਕੁਛ ਨਹੀਂ ਗਾ। ਤੋ ਇਹ 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 ਕੋਈ ਮੰਨ ਸਕਦਾ ਇਸ ਗੱਲ ਨੂੰ ਵੀ ਸਾਡੇ ਈਸਾਈ ਭਰਾ ਨੇ ਉਹਨਾਂ ਦੇ ਗਿਰਜੇ ਇੱਥੇ ਮੱਥਾ ਟੇਕਦੇ ਨੇ? ਜਿਹੜੇ ਗਿਰਜੇ ਚੱਲਦੇ ਨੇ ਇੱਥੇ, ਗਿਰਜਿਆਂ ਦੇ ਵਿੱਚ ਆਮਦਨ ਆਉਂਦੀ ਆ, ਉਹ ਆਪਣੀ ਕਮਾਈ ਵੀ ਕਰਦੇ ਆ, ਬੱਚਿਆਂ ਨੂੰ ਵੀ ਪੜ੍ਹਾਉਂਦੇ ਆ। ਤੋ ਸਾਡੇ ਸਾਡੇ ਪੰਜਾਬ ਦੀ ਬਾਰਡਰ ਬੈਲਟ 'ਤੇ ਸਿੱਖ ਬੱਚਿਆਂ ਨੂੰ ਵੀ ਵਜ਼ੀਫੇ ਵੀ ਦਿੰਦੇ ਆ, ਪੜ੍ਹਾਈ ਲਈ ਫੀਸਾਂ ਵੀ ਮਾਫ਼ ਕਰਦੇ ਆ। ਤੋ ਸਾਡੀ ਢਿੱਡ ਪੀੜ ਹੁੰਦੀ ਹੈ ਕਿ ਸਾਡਾ ਧਰਮ ਬਦਲਿਆ ਹੋ। ਦੱਸ ਦਈਏ ਕਿ ਅਕਾਲੀ ਦਲ ਤੋਂ ਪਿਛਲੇ ਕੁਝ ਸਮੇਂ ਤੋਂ ਵੱਖ ਹੋਏ ਟਕਸਾਲੀ ਲੀਡਰ ਹੁਣ ਕੌਮ ਅਤੇ ਪੰਥ ਨੂੰ ਬਾਦਲਾਂ ਤੋਂ ਬਚਾਉਣ ਦੀਆਂ ਦੁਹਾਈਆਂ ਦੇ ਰਹੇ ਨੇ। 14 ਦਸੰਬਰ ਨੂੰ ਟਕਸਾਲੀਆਂ ਨੇ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਹਾੜਾ ਵੀ ਵੱਖਰਾ ਮਨਾਇਆ ਅਤੇ ਬਾਦਲਾਂ ਖਿਲਾਫ਼ ਅਕਾਲੀ ਲਹਿਰ ਚਲਾਉਣ ਦਾ ਐਲਾਨ ਵੀ ਕੀਤਾ ਸੀ। ਪਰ ਹੁਣ ਦੇਖਣਾ ਇਹੀ ਹੈ ਕਿ ਇਹ ਲਹਿਰ ਕਿੰਨੀ ਕੁ ਉੱਚੀ ਉੱਠਦੀ ਹੈ ਅਤੇ ਧਾਰਮਿਕ ਅਦਾਰਿਆਂ ਨੂੰ ਕਥਿਤ ਅਕਾਲੀ ਦਲ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾ ਪਾਉਂਦੀ ਹੈ ਜਾਂ ਫਿਰ ਨਹੀਂ। ਗੁਰਦਾਸਪੁਰ ਤੋਂ ਰਵੀ ਕੁਮਾਰ, ਪੰਜਾਬੀ ਲੋਕ ਚੈਨਲ।